300 ਜੀ, ਇਹ ਬਹੁਤ ਵਧੀਆ ਉਪਰਾਲਾ ਹੈ। ਅਸੀਂ ਇਹ ਚਾਹਵਾਂਗੇ ਕਿ ਇਸ ਤਰ੍ਹਾਂ ਹੀ ਹੋਰ ਕੋਈ ਸੰਸਥਾਵਾਂ ਜਾਂ ਐਨ ਜੀ ਓਜ਼ ਜਿਹੜੀ ਅੱਗੇ ਆਉਣ, ਅਤੇ ਇਹ ਹੁਣ ਜਿਹੜਾ ਇੱਕ ਟਾਈਮ ਚੱਲਦਾ ਪਿਆ ਇਹਦੇ ਵਿੱਚ ਸਾਨੂੰ ਲੋੜ ਵੀ ਹੈਗੀ ਹੈ ਕਿ ਆਪਾਂ ਹਰ ਇੱਕ ਦੇ ਘਰ ਤੱਕ ਰਾਸ਼ਨ ਪਹੁੰਚਾ ਸਕੀਏ। ਅਤੇ ਅਸੀਂ ਸਾਡੇ ਵੱਲੋਂ ਪੁਲਿਸ ਡਿਪਾਰਟਮੈਂਟ ਵੱਲੋਂ ਅਤੇ ਬੈਲ ਸਾਹਿਬ ਨੇ ਜਿੱਦਾਂ ਅੱਜ ਡੋਨੇਟ ਕੀਤਾ, ਅਸੀਂ ਇਹਨਾਂ ਦੇ ਧੰਨਵਾਦੀ ਹਾਂ। ਅਤੇ ਅੱਗੇ ਵੀ ਅਸੀਂ ਹੋਰ ਐਨ ਜੀ ਓਜ਼ ਨੂੰ ਕਹਾਂਗੇ ਕਿ ਤੁਸੀਂ ਆਓ ਅੱਗੇ। ਅਤੇ ਹੁਣ ਜਿਹੜਾ ਆ ਟਾਈਮ ਆ, ਇਹ ਜਿਹੜਾ ਇੱਕ ਘੜੀ ਆ ਜਿਹੜੀ ਹੁਣ ਅਗਲੇ ਜਿਹੜੇ ਥੋੜ੍ਹੇ ਦਿਨ ਆ, ਹਫ਼ਤਾ ਇੱਕ 10 ਦਿਨ ਜਿਹੜੇ ਹੈਗੇ ਆ, ਇਹਦੇ ਵਿੱਚ ਸਾਨੂੰ ਬਹੁਤ ਲੋੜ ਆ ਕਿ ਸਾਨੂੰ ਰਾਸ਼ਨ ਜਿਹੜਾ ਆ ਲੋੜ ਪੈਣੀ ਆ। ਅਤੇ ਜਿਹੜੀ ਸਪਲਾਈ ਆ ਅਤੇ ਉਹ ਡਿਮਾਂਡ, ਉਹਦੇ ਵਿੱਚ ਫਰਕ ਪੈ ਜਾਣਾ ਆ ਥੋੜ੍ਹਾ ਜਿਹਾ। ਪਰ ਸਾਡੇ ਵੱਲੋਂ ਇਹ ਪੂਰਾ ਆ, ਪੁਲਿਸ ਡਿਪਾਰਟਮੈਂਟ ਵੱਲੋਂ ਵੀ ਹੈਗਾ ਆ, ਸਿਵਲ ਐਡਮਿਨਿਸਟ੍ਰੇਸ਼ਨ ਵੀ ਕਰਦੀ ਪਈ ਆ, ਪਰ ਆਪਾਂ ਚਾਹੁੰਦੇ ਹਾਂ ਕਿ ਘਰ ਘਰ ਜਾ ਕੇ ਪੂਰਾ ਜਿਹਾ ਰਾਸ਼ਨ ਪਹੁੰਚਾਇਆ ਜਾਵੇ। ਸਰ ਇੱਥੇ ਇਹ ਵੀ ਦੇਖਿਆ ਗਿਆ ਕਿ ਇਹ ਥੋੜ੍ਹਾ ਜਿਹਾ ਮੈਂ ਇਹਨਾਂ ਨੂੰ ਅਪੀਲ ਕਰਨਾ ਚਾਹੂੰਗਾ ਕਿ ਜੇ ਜਿਹਨੂੰ ਲੋੜ ਹੈਗੀ ਆ ਉਹਦੇ ਤੱਕ ਪਹੁੰਚਣਾ ਬਹੁਤ ਜ਼ਰੂਰੀ ਆ ਰਾਸ਼ਨ, ਪਰ ਜੇ ਆਪਾਂ ਸਟੋਰ ਕਰਦੇ ਪਏ ਹਾਂ ਉਹ ਥੋੜ੍ਹਾ ਇਸ ਟਾਈਮ 'ਤੇ ਮੇਰੇ ਖਿਆਲ ਨਾਲ ਉਹਨਾਂ ਨੂੰ ਇੱਕ ਮੇਰੀ ਅਪੀਲ ਹੀ ਆ ਕਿ ਉਹ ਨਾ ਕਰਨ। ਅਤੇ ਜੇ ਆਪਾਂ ਕੋਈ ਸਟੋਕ ਕਰਦੇ ਹਾਂ ਜਿਹੜਾ ਹੈਗਾ ਆ, ਮੈਂ ਉਹਨਾਂ ਨੂੰ ਕਹੂੰਗਾ ਕਿ ਉਹਦੇ ਉਹਨਾਂ ਦੇ ਖਿਲਾਫ਼ ਫਿਰ ਕਾਰਵਾਈ ਹੋਏਗੀ ਕਿ ਸਟੋਕ ਨਾ ਕੀਤਾ ਜਾਏ ਜਿਹੜਾ ਦੁਕਾਨਦਾਰ ਕਰਦੇ ਪਏ ਆ। ਅਤੇ ਅਦਰਵਾਈਜ਼ ਜਿਹੜਾ ਆ ਉਹ ਨੋਰਮਲੀ ਜਿਹੜਾ ਰਾਸ਼ਨ ਹੈ ਉਹ ਪਹੁੰਚਾਇਆ